ਹਾਊ ਮੱਚ ਫੋਰ ਸੈਲਿੰਗ ਯਰ ਸੋਲ ਪੰਜਾਬੀ ਯੂਥ ਵਾਂਟ ਟੂ ਨੋ ਐਕਸੈਪਟ ਯਰ ਨੋਲੇਜ। ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ, 100 ਗੱਲਾਂ ਦੀ ਇੱਕ ਗੱਲ, ਜੇ ਤੁਹਾਨੂੰ ਕੋਈ ਕਹਿੰਦਾ ਨਾ ਕਿ ਤੁਸੀਂ ਆਪਣੀ ਜਿਹੜੀ ਸੋਲ ਆ ਉਹ ਕਿਸੇ ਨੂੰ ਸ਼ੈਤਾਨ ਨੂੰ ਵੇਚ ਕੇ ਸਕਸੈਸਫੁਲ ਹੋ ਸਕਦੇ ਆ, ਤਾਂ ਦੈਟਸ ਅ ਬੁਲਸ਼ਿਟ। ਮਿਹਨਤ ਦਾ ਕੋਈ ਸਬਸਟੀਟਿਊਟ ਨਹੀਂ ਹੈਗਾ। ਮਿਹਨਤ ਤਾਂ ਦੂਜਾ ਕੈਟ ਵੀ ਕਰ ਰਹੀ ਹੈ ਬਾਈ, ਪੁਸ਼ਿੰਗ ਦਾ ਪ੍ਰੋਪਾਗੈਂਡਾ ਟੂ ਦਾ ਡੈਵਲ। ਲੋਕਾਂ ਨੂੰ ਐਂ ਲੱਗਦਾ ਕਿ ਇਹ ਯੋਗਾ ਕੁਛ ਹੈ, ਇਹ ਯੋਗਾ ਨਹੀਂ ਹੋ ਸਕਦਾ, ਇੰਨਾ ਬਜਟ ਹੈ ਨਹੀਂ ਨਿਕਲਦਾ ਕਿਸੇ ਨੂੰ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ। ਇੱਕ ਪਾਸੇ ਦਿਲਜੀਤ ਦੋਸਾਂਝ ਜੋ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਨਜ਼ਰ ਆਉਂਦੇ ਨੇ, ਕੁਝ ਨਾ ਕੁਝ ਸਟੋਰੀਜ਼, ਕੁਝ ਨਾ ਕੁਝ ਵੀਡੀਓਜ਼ ਜ਼ਰੂਰ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਵਿਖਾਈ ਦਿੰਦੇ ਨੇ, ਕੁਝ ਮੋਟੀਵੇਸ਼ਨਲ, ਕੁਝ ਸ਼ਰਾਰਤੀ ਵੀਡੀਓਜ਼ ਉਹਨਾਂ ਦੀਆਂ ਜ਼ਰੂਰ ਸਾਨੂੰ ਵੇਖਣ ਨੂੰ ਮਿਲਦੀਆਂ ਨੇ। ਅਤੇ ਹਾਲ ਹੀ ਦੇ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਮੋਟੀਵੇਸ਼ਨਲ ਵੀਡੀਓ ਸਾਂਝੀ ਕੀਤੀ ਸੀਗੀ, ਯੂਥ ਨੂੰ ਮੋਟੀਵੇਟ ਕਰ ਰਹੇ ਨੇ, ਜਿਸ ਦੇ ਵਿੱਚ ਉਹਨਾਂ ਨੇ ਇਲੂਮਨਾਤੀ ਬਾਰੇ ਵੀ ਕਲੈਰੀਫਿਕੇਸ਼ਨ ਦਿੱਤੀ ਸੀਗੀ। ਅਤੇ ਹੁਣ ਕੈਨੇਡੀਅਨ ਪੰਜਾਬੀ ਰੈਪਰ ਨਸੀਬ ਦੇ ਵੱਲੋਂ ਦਿਲਜੀਤ ਦੋਸਾਂਝ ਨੂੰ ਸਿੱਧਾ ਟਾਰਗੇਟ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਅਕਾਊਂਟ 'ਤੇ ਸਟੋਰੀਜ਼ ਪਾ ਕੇ ਦਿਲਜੀਤ ਨੂੰ ਅਤੇ ਉਸਦੀ ਮੈਨੇਜਰ ਸੋਨਾਲੀ ਨੂੰ ਟਾਰਗੇਟ ਕੀਤਾ ਜਾ ਰਿਹਾ। ਕੁਝ ਸਮਾਂ ਪਹਿਲਾਂ ਨਸੀਬ ਦੇ ਵੱਲੋਂ ਸਿੱਧੂ ਮੂਸੇਵਾਲਾ ਨੂੰ ਵੀ ਟਾਰਗੇਟ ਕੀਤਾ ਗਿਆ ਸੀਗਾ। ਕੀ ਵਜ੍ਹਾ ਹੋ ਸਕਦੀ ਹੈ ਕਿ ਪਹਿਲਾਂ ਸਿੱਧੂ ਮੂਸੇਵਾਲਾ ਅਤੇ ਹੁਣ ਦਿਲਜੀਤ ਦੋਸਾਂਝ ਨੂੰ ਨਸੀਬ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ? ਇੱਕ ਸਟੋਰੀ ਸਭ ਤੋਂ ਪਹਿਲਾਂ ਨਸੀਬ ਦੇ ਵੱਲੋਂ ਪੋਸਟ ਕੀਤੀ ਗਈ, ਜਿਸ ਦੇ ਵਿੱਚ ਦਿਲਜੀਤ ਦੀ ਇੱਕ ਬਿਨਾਂ ਪੱਗ ਤੋਂ ਫੋਟੋ ਸਾਂਝੀ ਕਰ ਉਹਨਾਂ ਨੇ ਲਿਖਿਆ ਕਿ ਸਭ ਤੋਂ ਪਹਿਲਾਂ ਜਾ ਕੇ ਤੁਹਾਨੂੰ ਪੱਗ ਬੰਨ੍ਹਣੀ ਸਿੱਖਣੀ ਚਾਹੀਦੀ ਹੈ, ਤੁਹਾਨੂੰ ਤਾਂ ਪੱਗ ਵੀ ਬੰਨ੍ਹਣੀ ਨਹੀਂ ਆਉਂਦੀ। ਇਸ ਦੇ ਨਾਲ ਹੀ ਨਸੀਬ ਨੇ ਹੋਰ ਵੀ ਬਹੁਤ ਸਾਰੀਆਂ ਸਟੋਰੀਜ਼ ਪੋਸਟ ਕਰਕੇ ਦਿਲਜੀਤ ਨੂੰ ਇਲੂਮਨਾਤੀ ਦਾ ਸਪੋਰਟਰ ਦੱਸਿਆ ਕਿ ਇਹ ਸਭ ਤੋਂ ਵੱਡੇ ਇਲੂਮਨਾਤੀ ਦੇ ਸਪੋਰਟਰ ਨੇ, ਜਦਕਿ ਹਾਲ ਹੀ ਦੇ ਵਿੱਚ ਦਿਲਜੀਤ ਨੇ ਇੱਕ ਵੀਡੀਓ ਸਾਂਝੀ ਕਰ ਕੇ ਦੱਸਿਆ ਸੀਗਾ ਕਿ ਉਹ ਇਲੂਮਨਾਤੀ ਦੇ ਸਪੋਰਟਰ ਨਹੀਂ ਹੈ, ਪਰ ਫਿਰ ਵੀ ਦਿਲਜੀਤ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਹੋਰ ਕੀ ਕੁਝ ਨਸੀਬ ਦੇ ਵੱਲੋਂ ਦਿਲਜੀਤ ਦੋਸਾਂਝ ਨੂੰ ਕਿਹਾ ਗਿਆ, ਉਹਨਾਂ ਦੀ ਟੀਮ ਨੂੰ ਕਿਹਾ ਗਿਆ, ਔਰ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਦਿਲਜੀਤ ਨੇ ਵੀ ਮੁੜ ਕੇ ਸਟੋਰੀਜ਼ ਪਾ ਕੇ ਨਸੀਬ ਨੂੰ ਰਿਪਲਾਈ ਦਿੱਤਾ, ਪਰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ, ਕੋਈ ਕੰਟਰੋਵਰਸੀ ਨਾ ਕ੍ਰੀਏਟ ਕਰਦੇ ਹੋਏ ਇੱਕ ਸੂਝਵਾਨ ਤਰੀਕੇ ਦੇ ਨਾਲ ਨਸੀਬ ਨੂੰ ਜਵਾਬ ਦਿੱਤਾ ਹੈ। ਉਹ ਦੱਸਦੇ ਆ ਇਹਨਾਂ ਨੇ ਆਪਣੀਆਂ ਸਟੋਰੀਜ਼ ਦੇ ਵਿੱਚ ਕੀ ਕਿਹਾ, ਪਰ ਨਸੀਬ ਨੇ ਜੋ ਕੁਝ ਵੀ ਆਪਣੀਆਂ ਸਟੋਰੀਜ਼ ਦੇ ਵਿੱਚ ਪੋਸਟ ਕੀਤਾ ਸੀਗਾ ਉਹ ਹੁਣ ਡਿਲੀਟ ਕਰ ਚੁੱਕੇ ਨੇ, ਪਰ ਸਾਡੇ ਕੋਲ ਕੁਝ ਤਸਵੀਰਾਂ ਉਹਨਾਂ ਦੀਆਂ ਉਸ ਸਟੋਰੀਜ਼ੀਆਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ, ਅਤੇ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਨੇ ਆਪਣੀਆਂ ਸਟੋਰੀਜ਼ ਦੇ ਰਾਹੀਂ ਦਿਲਜੀਤ ਦੋਸਾਂਝ ਅਤੇ ਉਹਨਾਂ ਦੀ ਟੀਮ ਨੂੰ ਕਿਵੇਂ ਟਾਰਗੇਟ ਕੀਤਾ। ਸਭ ਤੋਂ ਪਹਿਲਾਂ ਨਸੀਬ ਨੇ ਦਿਲਜੀਤ ਦੀ ਇੱਕ ਫੋਟੋ ਸਾਂਝੀ ਕੀਤੀ ਬਿਨਾਂ ਪੱਗ ਤੋਂ, ਜਿਸ ਦੇ ਵਿੱਚ ਲਿਖਿਆ, ਨੋ ਯੂ ਆਰ ਨੋਟ ਪੰਜਾਬ, ਗੋ ਲਰਨ ਪੱਗ ਕਿਵੇਂ ਬੰਨੀ ਦੀ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਇਹ ਟਾਰਗੇਟ ਦਿਲਜੀਤ ਨੂੰ ਕੀਤਾ ਵੀ ਸਭ ਤੋਂ ਪਹਿਲਾਂ ਉਹ ਜਾ ਕੇ ਪੱਗ ਬੰਨ੍ਹਣੀ ਸਿੱਖਣ ਕਿ ਕਿਵੇਂ ਬੰਨ੍ਹੀ ਦੀ ਹੈ। ਇਸ ਦੇ ਨਾਲ ਹੋਰ ਵੀ ਬਹੁਤ ਕੁਝ ਨਸੀਬ ਦੇ ਵੱਲੋਂ ਆਪਣੀਆਂ ਸਟੋਰੀਜ਼ ਦੇ ਰਾਹੀਂ ਪੋਸਟ ਕਰਕੇ ਲਿਖਿਆ ਗਿਆ, ਪਰ ਦਿਲਜੀਤ ਨੇ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਸੀਬ ਨੂੰ ਰਿਪਲਾਈ ਕਰਦੇ ਹੋਏ ਕਿਹਾ ਹੈ, ਸਭ ਗੋਬਿੰਦ ਹੈ, ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ, ਰੱਬ ਤੁਹਾਨੂੰ ਬਹੁਤ ਬਹੁਤ ਤਰੱਕੀ ਦੇਵੇ ਅਤੇ ਚੜ੍ਹਦੀ ਕਲਾ 'ਚ ਰੱਖੇ। ਉਹ ਆਪ ਹੀ ਬੋਲ ਰਿਹਾ ਹੈ ਅਤੇ ਆਪ ਹੀ ਜਵਾਬ ਵੀ ਦੇ ਰਿਹਾ, ਮੇਰੇ ਵੱਲੋਂ ਸਿਰਫ ਪਿਆਰ ਅਤੇ ਪਿਆਰ, ਸ਼ੁਕਰ। ਇਸ ਦੇ ਨਾਲ ਹੀ ਉਹਨਾਂ ਨੇ ਗੁਰਬਾਣੀ ਦੀਆਂ ਕੁਝ ਸਤਰਾਂ ਵੀ ਸਾਂਝੀਆਂ ਕਰ ਨਸੀਬ ਨੂੰ ਜਵਾਬ ਦਿੱਤਾ ਹੈ। ਲਿਖਦੇ ਨੇ, ਵਿਦ ਇਨ ਆਲ ਹਾਰਟਸ ਦ ਲਾਰਡ ਸਪੀਕਸ, ਹੂ ਐਲ ਸਪੀਕਸ ਅਦਰ ਦੈਨ ਦ ਲਾਰਡ। ਇਸ ਦੇ ਨਾਲ ਹੀ ਇੱਕ ਹੋਰ ਦਿਲਜੀਤ ਦੋਸਾਂਝ ਨੇ ਸਟੋਰੀ ਸਾਂਝੇ ਕਰਦੇ ਹੋਏ ਨਸੀਬ ਨੂੰ ਜਵਾਬ ਦਿੱਤਾ ਹੈ। ਇਸ ਦੇ ਨਾਲ ਹੀ ਦਿਲਜੀਤ ਨੇ ਇੱਕ ਹੋਰ ਪੋਸਟ ਸਾਂਝੀ ਕਰ ਗੁਰਬਾਣੀ ਦੀਆਂ ਕੁਝ ਸਤਰਾਂ ਸਾਂਝੀਆਂ ਕੀਤੀਆਂ ਨੇ, ਤਾਂ ਨਸੀਬ ਨੂੰ ਇੱਕ ਹੀ ਗੱਲ ਦਿਲਜੀਤ ਦੇ ਵੱਲੋਂ ਕਹੀ ਜਾ ਰਹੀ ਹੈ ਕਿ ਬਹੁਤ ਬਹੁਤ ਪਿਆਰ ਮੇਰੇ ਵੱਲੋਂ। ਉਹ ਆਪ ਹੀ ਸਵਾਲ ਕਰ ਰਹੇ ਨੇ ਅਤੇ ਆਪ ਹੀ ਜਵਾਬ ਕਰ ਰਹੇ ਨੇ, ਕੰਟਰੋਵਰਸੀ ਤੋਂ ਹਮੇਸ਼ਾ ਦੂਰ ਰਹਿੰਦੇ ਨੇ ਦਿਲਜੀਤ ਦੋਸਾਂਝ ਦਾ। ਹਾਲ ਹੀ ਦੇ ਵਿੱਚ ਇਹ ਜਿਹੜੀ ਕੰਟਰੋਵਰਸੀ ਸੋਸ਼ਲ ਮੀਡੀਆ 'ਤੇ ਸਾਨੂੰ ਵੇਖਣ ਨੂੰ ਮਿਲ ਰਹੀ ਹੈ, ਦਿਲਜੀਤ ਨੂੰ ਸਿੱਧਾ ਟਾਰਗੇਟ ਕੀਤਾ
ਕੀਤਾ ਜਾ ਰਿਹਾ ਨਸੀਬ ਦੇ ਵੱਲੋਂ। ਨਸੀਬ ਨੇ ਕੁਝ ਸਟੋਰੀਜ਼ ਕੱਲ ਰਾਤ ਪੋਸਟ ਕੀਤੀਆਂ ਸੀਗੀਆਂ, ਪਰ ਉਸ ਤੋਂ ਬਾਅਦ ਇਹ ਵੀ ਆਪਣੀਆਂ ਸਟੋਰੀਜ਼ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਮੈਂ ਬਹੁਤ ਜਲਦ ਹੀ ਇਹ ਸਟੋਰੀਜ਼ ਨੂੰ ਡਿਲੀਟ ਕਰ ਦੇਵਾਂਗਾ। ਅਤੇ ਉਹਨਾਂ ਨੇ ਉਵੇਂ ਹੀ ਕੀਤਾ ਕਿ ਕੁਝ ਸਮੇਂ ਬਾਅਦ ਨਸੀਬ ਨੇ ਇਹ ਸਟੋਰੀਜ਼ ਜਿੰਨੀਆਂ ਵੀ ਸੀਗੀਆਂ ਸਾਰੀਆਂ ਡਿਲੀਟ ਕਰ ਦਿੱਤੀਆਂ, ਅਤੇ ਦਿਲਜੀਤ ਦੇ ਵੱਲੋਂ ਮੁੜ ਇਹ ਜਵਾਬ ਦਿੱਤੇ ਗਏ। ਤੁਹਾਨੂੰ ਕੀ ਲੱਗਦਾ ਹੈ ਕਿ ਨਸੀਬ ਦੇ ਵੱਲੋਂ ਪਹਿਲਾਂ ਜਿਵੇਂ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਕੀਤਾ ਗਿਆ ਸੀਗਾ, ਅਤੇ ਹੁਣ ਦਿਲਜੀਤ ਦੋਸਾਂਝ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਕੀ ਉਹਨਾਂ ਦੇ ਦਿਮਾਗ ਦੇ ਵਿੱਚ ਹੋ ਸਕਦਾ ਕਿ ਉਹ ਇਹ ਸਭ ਲਾਈਮ ਲਾਈਟ ਦੇ ਵਿੱਚ ਰਹਿਣ ਨੂੰ ਕਰ ਰਹੇ ਨੇ, ਕਿ ਉਹ ਇਹ ਸਭ ਇਸ ਕਰਕੇ ਕਰ ਰਹੇ ਨੇ ਕਿ ਉਹ ਚਰਚਾ ਦੇ ਵਿੱਚ ਰਹਿ ਸਕਣ। ਤੁਸੀਂ ਇਹ ਆਪਣੀ ਰਾਏ ਕਮੈਂਟਾਂ ਰਾਹੀਂ ਸਾਨੂੰ ਜ਼ਰੂਰ ਦੱਸਣਾ। ਜੇਕਰ ਇਸ ਮਾਮਲੇ ਦੇ ਵਿੱਚ ਕੋਈ ਹੋਰ ਖਬਰ ਸਾਹਮਣੇ ਆਉਂਦੀ ਹੈ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਤਦ ਤੱਕ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ। ਸਤਿ ਸ਼੍ਰੀ ਅਕਾਲ।